ਸਤਿ ਸ਼੍ਰੀ ਅਕਾਲ, ਮੈਂ ਫਾਸਟ ਨਿਊਜ਼ ਇੰਡੀਆ ਚੈਨਲ ਤੋਂ ਦਲਜੀਤ ਕੌਰ। ਕੱਲ੍ਹ 26 ਤਰੀਕ ਨੂੰ ਸਰਦਾਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਨੂੰ ਕੈਪਸੂਲ ਗਿੱਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਸਾਨੂੰ ਸਦੀ ਵੀ ਵਿਛੋੜਾ ਦੇ ਗਏ। ਅੱਜ 27 ਤਰੀਕ ਨੂੰ ਉਹਨਾਂ ਦਾ ਅੰਮ੍ਰਿਤਸਰ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਸਰਦਾਰ ਜਸਵੰਤ ਸਿੰਘ ਉਹਨਾਂ ਨੂੰ ਕੈਪਸੂਲ ਗਿੱਲ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ। ਉਹਨਾਂ ਨੇ 6 ਘੰਟੇ ਵਿੱਚ 65 ਲੋਕਾਂ ਦੀ ਜਾਨ ਬਚਾਈ ਸੀ, ਜਿਸ ਵਿੱਚੋਂ ਉਹਨਾਂ ਨੂੰ ਸਰਵੋਤਮ ਜੀਵਨ ਪਦਕ ਰਕਸ਼ਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀਗਾ। ਅੱਜ ਉਹ ਸਾਡੇ ਵਿੱਚ ਨਹੀਂ ਰਹੇ, ਇਹ ਬੜੀ ਦੁਖਦਾਈ ਖਬਰ ਹੈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਬਾਜੂ